ਮਹਾਂ ਕਿਤੇ ਜੋੜ ਜੋੜ ਕੇ ਮੈਂ ਰੱਖੀ ਇਹ ਮੁੜ ਕੇ ਵੇਲਾ ਹੱਥ ਨਹੀਂ ਆਉਣਾ ਪੁੱਤ, ਇਹਨੂੰ ਚੰਗੀ ਤਰ੍ਹਾਂ ਸਾਂਭ ਲਾ, ਹੱਥੋਂ ਨਾ ਕਿਤੇ ਆਪਣੇ ਜਾਂਦੀ ਰਹੇ। ਚੁੱਪ ਕਰੋ ਮੰਮੀ, ਆ ਪੈਰਾਂ ਦੀ ਆਹਟ ਸੁਣੀ ਜੇ, ਮੈਨੂੰ ਵਾਸ ਨਹੀਂ ਲੱਗਣ ਦੀ ਪੈਰਾਂ ਦੇ, ਖਲੋ ਜਾਓ ਮੈਂ ਵੇਹਨੀ। ਲੱਗਦਾ ਆ ਗਈ ਹੈ ਅੱਜ। ਸ਼ੰਮੀ ਇੱਧਰ ਆ, ਮੇਰੀ ਗੱਲ ਸੁਣ ਬਹਿ ਕੇ। ਰੋਟੀ ਰਾਟੀ ਨੂੰ ਰਹਿਣ ਦੇ ਪੁੱਤ, ਰੋਟੀ ਤਾਂ ਘੜੀ ਲੇਟ ਵੀ ਖਾ ਲਾਂਗੇ, ਜਿਹੜਾ ਕੰਮ ਪਹਿਲਾਂ ਕਰਨ ਵਾਲਾ ਨਾ ਉਹ ਕਰ। ਮੰਮੀ ਤੁਹਾਨੂੰ ਭੁੱਖ ਲੱਗੀ ਆ, ਮੈਂ ਬਣਾਉਣ ਲੱਗੀ ਰੋਟੀ, ਉਦਾਂ ਤੁਸੀਂ ਦੱਸੋ ਵੀ ਕੋਈ ਜ਼ਰੂਰੀ ਗੱਲ ਆ, ਕਰ ਲਓ ਪਹਿਲੇ। ਪੁੱਤ ਮੈਂ ਨਾ ਉੱਥੇ ਚਾਹ ਨਾਲ ਬਿਸਕੁਟ ਖਾ ਕੇ ਆਈ ਹਾਂ। ਅੱਛਾ ਅੱਛਾ। ਪੁੱਤ ਮੈਂ ਵੀ ਕਿੱਡੀ ਮਿਹਨਤ ਰੱਖਾ ਪਾ ਕੇ ਗਰਮੀ ਚਾਹੀ ਆ, ਤੂੰ ਮੇਰੀ ਇੱਕ ਗੱਲ ਸੁਣ। ਪੁੱਤ ਰੋਟੀ ਖਾਵਾਂਗੇ ਮੁੜ ਕੇ, ਤੂੰ ਵੀ ਆ ਤੇਰਾ ਪਰਸ ਫੜ ਕੇ, ਅਤੇ ਜਿਹੜੀ ਐਫ ਡੀ ਆ ਨਾ ਉੱਥੇ ਤੈਨੂੰ ਮੈਂ ਸੈਰ ਕਰਦਾ, ਤਾਂ ਮੁੜ ਕੇ ਤੂੰ ਸਾਂਭ ਲਾ, ਕਿਸੇ ਨੂੰ ਪਤਾ ਹੀ ਨਾ ਲੱਗੂ ਕਿੱਥੇ ਆ ਅਤੇ ਕਿੱਥੇ ਨਹੀਂ। ਮੰਮੀ ਮੇਰੀ ਸੁਣੋ ਗੱਲ, ਤੁਸੀਂ ਐਫ ਡੀ ਲੈ ਆਏ ਜੇ, ਲੈ ਬਹੁਤ ਵਧੀਆ ਕੀਤਾ ਲਿਆ ਕੇ। ਮੰਮੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਉਸੇ ਵੇਲੇ ਮੇਰੀ ਗੱਲ ਮੰਨੀ ਅਤੇ ਆਪਣੇ ਕੋਲ ਲਿਆ ਕੇ ਸਮਾਨ ਰੱਖ ਲਿਆ। ਠੀਕ ਆ, ਕਾਗਜ਼ ਪੱਤਰ ਹੁਣ ਤੁਹਾਡੇ ਕੋਲ ਹੀ ਆ ਨਾ। ਬਿਲਕੁਲ। ਵੇਖੋ ਮੰਮੀ, ਇੱਦਾਂ ਮੈਂ ਸਾਈਨ ਨਹੀਂ ਕਰਾ ਸਕਦੀ ਕਿਉਂਕਿ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਚੋਰੀ। ਰਣਜੀਤ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈਗਾ ਕਿ ਮੈਂ ਤੁਹਾਡੇ ਨਾਲ ਇਹ ਗੱਲ ਕਰਤੀ ਆ। ਠੀਕ ਆ, ਉਹ ਤਾਂ ਕਿਸੇ ਬੰਦੇ ਨੂੰ ਪੈਸੇ ਪੁੱਛਣ ਡਏ ਸੀ ਕਿ ਮੈਨੂੰ ਦੇ ਦੇ, ਮੈਂ ਆਪਣਾ ਬਿਜ਼ਨਸ ਉਸੇ ਲਾਈਨ 'ਤੇ ਫੇਰ ਲਿਆਉਣਾ ਚਾਹੁੰਦਾ ਵਾਂ, ਅਤੇ ਮੇਰਾ ਕੰਮ ਅਜੇ ਪੂਰਾ ਸੈੱਟ ਨਹੀਂ ਕਿਉਂਕਿ ਮੇਰੇ ਸਿਰ ਕਰਜ਼ਾ ਬੜਾ ਚੜ੍ਹ ਗਿਆ ਸੀ, ਹੌਲੀ ਹੌਲੀ ਮੈਂ ਉਹ ਉਤਾਰਨ ਡਿਆ ਵਾਂ, ਅਤੇ ਇਸ ਕਰਕੇ ਮੈਨੂੰ ਮੇਰੇ ਮਨ 'ਚ ਖਾਹਿਸ਼ ਆ ਕਿ ਥੋੜ੍ਹੇ ਜਿਹੇ ਪੈਸੇ ਹੋਰ ਹੋਣ ਤਾਂ ਮੈਂ ਆਪਣਾ ਕੰਮ ਵਧਾ ਲਵਾਂ ਜ਼ਿਆਦਾ, ਹੈ ਨਾ, ਅਤੇ ਉਸੇ ਇਨਕਮ 'ਚੋਂ ਮੇਰਾ ਬੜਾ ਕੁਛ ਕਮੇਟੀਆਂ ਕਮੁਟੀਆਂ ਪੈ ਜਾਣੀਆਂ ਵਾਂ। ਵੇਖੋ ਮੰਮੀ, ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਰਣਜੀਤ ਅੱਗੇ ਬਹੁਤ ਜ਼ਿਆਦਾ ਔਖੇ ਆ ਮੇਰੇ 'ਤੇ, ਜੋ ਕੁਝ ਵੀ ਹੈਗਾ ਅਜੇ ਮੈਂ ਸੱਚ ਸਾਹਮਣੇ ਨਹੀਂ ਲਿਆ ਸਕੀ ਉਹਨਾਂ ਦੇ, ਉਹ ਤਾਂ ਪਹਿਲੇ ਮੈਨੂੰ ਅੱਖੋਂ ਵੇਖ ਨਹੀਂ ਸਿਖਾਉਣ ਡਏ, ਅਤੇ ਉਹਨਾਂ ਨੂੰ ਜੇ ਪਤਾ ਲੱਗ ਗਿਆ ਕਿ ਮੈਂ ਤੁਹਾਡੇ ਕੋਲ ਐਫ ਡੀਆਂ ਮੰਗਾ ਕੇ ਸੈਨ ਵੀ ਕਰਾ ਲਿਆ, ਉਹ ਬੰਦੇ ਨੇ ਤਾਂ ਮੈਨੂੰ ਹੋਰ ਥੱਲੇ ਸੁੱਟ ਦੇਣਾ ਵਾ, ਬੜਾ ਗਲਤ ਸਮਝਣਾ ਉਹਨੇ ਮੈਨੂੰ। ਇਸ ਕਰਕੇ ਮੰਮੀ, ਜਦੋਂ ਥੋੜ੍ਹਾ ਜਿਹਾ ਵਿਤਕਰਾ ਪੈ ਜੇ ਨਾ ਮੀਆਂ ਬੀਵੀ 'ਚ, ਫਿਰ ਛੋਟੀ ਛੋਟੀ ਗੱਲ ਤੋਂ ਨਾ ਇਹ ਵਿਤਕਰਾ ਵੱਧਦਾ ਜਾਂਦਾ ਆ, ਅਤੇ ਕਿਤੇ ਨਾ ਕਿਤੇ ਮੰਮੀ ਤਲਾਕ ਤਾਂ ਨੌਬਤ ਆ ਜਾਂਦੀ ਆ। ਪਹਿਲੇ ਵੀ ਮੈਂ ਬੜੀ ਵੱਡੀ ਗਲਤੀ ਕੀਤੀ ਸੀ, ਸ਼ਾਬਾਸ਼ ਹੈ ਉਹਨਾਂ ਦੀ ਅਤੇ ਸ਼ਾਬਾਸ਼ ਮੰਮੀ ਤੁਹਾਡੇ, ਤੁਸੀਂ ਮੈਨੂੰ ਮਾਫ਼ ਕਰਤਾ ਸੀ, ਪਰ ਹੁਣ ਮੇਰੀ ਗਲਤੀ ਕੋਈ ਨਹੀਂ ਹੈ ਮੰਮੀ। ਉਦੋਂ ਮੇਰੀ ਗਲਤੀ ਹੈਗੀ ਸੀ, ਮੈਂ ਮਾਫ਼ੀ ਮੰਗੀ ਸੀ ਤੁਹਾਡੇ ਸਾਰਿਆਂ ਕੋਲ, ਪਰ ਹੁਣ ਮੇਰੀ ਕੋਈ ਗਲਤੀ ਨਹੀਂ ਹੈ, ਮੈਂ ਇਸ ਕਰਕੇ ਕੋਈ ਮਾਫ਼ੀ ਨਹੀਂ ਉਹਨਾਂ ਕੋਲ ਮੰਗੀ। ਹੁਣ ਮੈਂ ਉਹਨਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਉਣਾ ਹੈ ਮੰਮੀ, ਅਤੇ ਸੱਚ ਸਾਹਮਣੇ ਲਿਆਉਣਾ, ਆਪਣੇ ਘਰ ਨੂੰ ਬਚਾਉਣਾ ਵਾ। ਅਸੀਂ ਦੋਨਾਂ ਨੇ ਵਾਅਦਾ ਕੀਤਾ ਨੌ ਸੱਸ ਨੇ, ਬਸ ਤੁਹਾਡੇ ਕੋਲ ਚੀਜ਼ਾਂ ਪਈਆਂ ਜਾਂ ਮੇਰੇ ਕੋਲ ਪਈਆਂ ਮੰਮੀ, ਇੱਕ ਹੀ ਗੱਲ ਆ, ਬਸ ਤੁਸੀਂ ਆਪਣੇ ਮੁੰਡੇ ਨਾਲ ਪਹਿਲੇ ਗੱਲ ਕਰਿਓ। ਤੁਸੀਂ ਇਹ ਚੀਜ਼ ਨਾ ਕਿਹੋ ਕਿ ਸ਼ੰਮੀ ਨੇ ਮੈਨੂੰ ਕਿਹਾ ਸਾਰਾ ਕੁਝ, ਤੁਸੀਂ ਆਪਣੇ ਮੁੰਡੇ ਨਾਲ ਗੱਲ ਕਰਨੀ ਆ ਕਿ ਪੁੱਤ ਮੇਰੇ ਕੋਲ ਇਹ ਤੇਰੇ ਪਿਓ ਦੇ ਥੋੜ੍ਹੇ ਜਿਹੇ ਪੈਸੇ ਹੈਗੇ ਆ, ਅਤੇ ਮੈਂ ਕੀ ਕਰਨੇ ਆ, ਜਿੱਥੇ ਤੁਸੀਂ ਰੋਟੀ ਖਾਣ ਡੇ ਜੀ ਉੱਥੇ ਮੈਂ ਖਾਣ ਡਈ ਹਾਂ, ਜਿੱਥੇ ਤੁਸੀਂ ਦਵਾਈ ਲਿਆਓਗੇ ਪੁੱਤ ਮੈਨੂੰ ਨਾ ਕਾਹਨੂੰ ਦਵਾਈ ਦਵਾਓਗੇ ਤੁਸੀਂ, ਅਤੇ ਆਹ ਜੋ ਪੈਸਾ ਤੇ ਲਾਇਆ ਪੁੱਤ ਤੂੰ ਲਾ ਕੇ ਅਤੇ ਆਪਣਾ ਬਿਜ਼ਨਸ ਵਧਾ ਲਾ, ਇਹ ਮੈਂ ਚਾਹੁੰਦੀ ਹਾਂ, ਆਹ ਗੱਲ ਕਰਨੀ ਆ, ਤੁਸੀਂ ਮੇਰਾ ਨਾਂ ਨਹੀਂ ਆਉਣਾ ਚਾਹੀਦਾ ਮੰਮੀ ਵਿੱਚ। ਇਹ ਪੁੱਤ ਤੂੰ ਟੈਨਸ਼ਨ ਹੀ ਲਾ, ਮੈਂ ਤੁਹਾਡੀ ਮਾਂ ਵਾਂ, ਮੈਨੂੰ ਐਵੇਂ ਨਹੀਂ ਤੌਲੇ ਆਏ ਵੀ ਮੈਂ ਤੇਰਾ ਨਾਂ ਲੈ ਦੂੰ ਵੀ ਸ਼ੰਮੀ ਐਫ ਡੀ ਮੰਗਦੀ ਆ। ਪੁੱਤ ਮੇਰਾ ਵੀ ਤਾਂ ਫਰਜ਼ ਆ ਨਾ, ਜੋ ਕੁਛ ਮੇਰਾ ਮੈਂ ਕਿੱਥੋਂ ਲਿਆਈ ਹਾਂ, ਤੁਹਾਡੇ ਪਿਓ ਦਾ ਹੀ ਆ, ਮੈਂ ਕਿਹੜੀ ਮਗਰੋਂ ਲੈ ਕੇ ਆਈ ਹਾਂ, ਅਤੇ ਜਿਹੜਾ ਤੁਹਾਡੇ ਪਿਓ ਦਾ ਵਾ ਉਹ ਤੁਹਾਡਾ ਵਾ, ਅੱਗੋਂ ਲੈ ਲਓ ਤਾਂ ਵੀ ਜਾਂ ਪਿੱਛੋਂ ਲੈ ਲਓ ਤਾਂ ਵੀ, ਖੁਸ਼ੀ ਹੋਣੀ ਸਭ ਤੋਂ ਪਹਿਲੇ ਉਹਦਾ ਹੱਕ ਉਸ ਚੀਜ਼ 'ਤੇ ਤੁਹਾਡਾ ਵਾ ਮੰਮੀ, ਇਹ ਤੁਹਾਡੀ ਮਰਜ਼ੀ ਆ, ਤੁਸੀਂ ਜਿਹਨੂੰ ਮਰਜ਼ੀ ਦੇ ਸਕਦੇ ਜੀ। ਪੁੱਤ ਜਦੋਂ ਤੁਹਾਨੂੰ ਲੋੜ ਆ ਨਾ ਹੁਣ, ਅਤੇ ਉਹ ਮੈਂ ਰੱਖ ਕੇ ਕੀ ਕਰਨੀ ਆ, ਜੇ ਤੁਹਾਡੇ ਕੰਮ ਆ ਜਾਏ ਤਾਂ ਮੈਨੂੰ ਇਹ ਤੋਂ ਵੱਧ ਖੁਸ਼ੀ ਪੁੱਤ ਹੋਰ ਕੀ ਹੋਣੀ ਆ, ਮੇਰੇ ਧੀਆਂ ਪੁੱਤਾਂ ਦਾ ਕੰਮ ਚੱਲ ਜੇ ਤਾਂ ਮਾਂ ਨੂੰ ਤਾਂ ਖੁਸ਼ੀ ਖੁਸ਼ੀ ਆ। ਜਿਹੜੀ ਮਾਂ ਆ ਜਿਹੜੀ ਆਖੂ ਮੇਰਾ ਪੁੱਤ ਦਰ ਦਰ ਮੰਗਦਾ ਫਿਰੇ ਕਿਸੇ ਦੇ ਗਾੜੀ ਹੱਥ ਡਾਵੇ, ਪੁੱਤ ਜੋ ਕੁਛ ਹੈਗਾ ਥੋੜ੍ਹਾ ਬਹੁਤਾ ਉਹ ਤੁਹਾਨੂੰ ਮੈਂ ਦਿੱਤਾ, ਰਣਜੀਤ ਨੂੰ ਮੈਂ ਆਪੇ ਸਮਝਾ ਲੂੰਗੀ,
ਇਹ ਤੂੰ ਟੈਨਸ਼ਨ ਨਾ ਲੈ, ਮੈਂ ਤੇਰਾ ਪੁੱਤ ਨਾ ਨਹੀਂ ਲੈਂਦੀ, ਇਹ ਮੈਂ ਆਪ ਦੇਣ ਲੱਗੀ ਆਪਣੀ ਖੁਸ਼ੀ ਨਾਲ। ਮੈਨੂੰ ਪਤਾ ਮੰਮੀ ਜੀ, ਮੈਨੂੰ ਸਾਰਾ ਹੀ ਪਤਾ ਵਾ ਕਿ ਤੁਸੀਂ ਉਹਨਾਂ ਮਾਵਾਂ 'ਚੋਂ ਨਹੀਂ ਹੈਗੇ ਜੋ ਘੁੱਟ ਘੁੱਟ ਪੱਲੇ ਰੱਖਦੀਆਂ ਵਾ ਅਤੇ ਮਰਦੇ ਦਮ ਤੱਕ ਆਪਣੀਆਂ ਗੰਢਾਂ ਨਹੀਂ ਖੋਲਦੀਆਂ। ਤੁਸੀਂ ਮੰਮੀ ਉਹਨਾਂ 'ਚੋਂ ਹੋ ਜੋ ਕੁਝ ਹੈਗਾ ਪੁੱਤ ਆ ਪਿਆ ਜੀ, ਮੈਂ ਤਾਂ ਤੁਹਾਡੇ ਨਾਲ ਜਿਉਂਦੀ ਹਾਂ। ਮੈਨੂੰ ਪਤਾ ਮੰਮੀ, ਜਦੋਂ ਮੈਂ ਅਤੇ ਰਣਜੀਤ ਲੜਦੇ ਹਾਂ ਸਭ ਤੋਂ ਵੱਧ ਦੁੱਖ ਤੁਹਾਨੂੰ ਹੁੰਦਾ ਵਾ। ਇਹੋ ਜਿਹੀਆਂ ਸੱਸਾਂ ਹੁੰਦੀਆਂ ਨਾ ਜਿਹੜੀਆਂ ਉਹ ਘਰ ਨੂੰ ਸਾਂਭ ਕੇ ਰੱਖਦੀਆਂ ਹੈ, ਅਤੇ ਜਿਹੜੀਆਂ ਸੱਸਾਂ ਇਹ ਸੋਚਦੀਆਂ ਨੇ ਲੜਦੇ ਮਰਦੇ ਆ ਤਾਂ ਲੜਦੇ ਰਹਿਣ, ਆ ਛੱਡ ਕੇ ਨੌਂ ਘਰ ਗਈ ਆ ਅਤੇ ਮਰਨ ਤੋਂ ਪਰੇ, ਆ ਮੇਰਾ ਕੀ ਲੇਖਾ ਦੇਖਾ ਆ, ਮੈਂ ਤਾਂ ਰੋਟੀ ਖਾਣ ਡਈ ਹਾਂ, ਮੈਂ ਤਾਂ ਜ਼ਿੰਦਗੀ ਖਾ ਖੱਟ ਲਈ ਆ। ਉਹ ਸੱਸਾਂ ਮੰਮੀ ਘਰ ਨੂੰ ਜਾੜ ਕੇ ਰੱਖ ਦਿੰਦੀਆਂ ਨੇ। ਨਹੀਂ ਪੁੱਤ, ਮੈਂ ਤਾਂ ਹੱਸਦਾ ਵੱਸਦਾ ਘਰ ਵੇਖਣਾ ਚਾਹੁੰਦੀ ਹਾਂ, ਮੈਂ ਤੁਹਾਡੇ ਚਿਹਰਿਆਂ 'ਤੇ ਖੁਸ਼ੀ ਚਾਹੁੰਦੀ ਹਾਂ, ਰਣਜੀਤ ਦੇ ਵੀ ਤੇਰੇ ਵੀ, ਜਿਹੜਾ ਜਿਹੜੇ 'ਚ ਤੁਹਾਨੂੰ ਖੁਸ਼ੀ ਮਿਲਦੀ ਉਸ ਕੰਮ 'ਚ ਪੁੱਤ ਮੈਨੂੰ ਮਿਲਦੀ ਹੈ, ਮੈਂ ਬਹੁਤ ਖੁਸ਼ ਹਾਂ। ਜਦੋਂ ਮੇਰੀ ਮੰਮੀ ਆਈ ਸੀ ਨਾ ਉਹਨੇ ਮੈਨੂੰ ਉਦੋਂ ਕੀ ਕਿਹਾ ਸੀ ਕਿ ਸ਼ੰਮੀ ਅੱਜ ਕੱਲ੍ਹ ਤੋਂ ਕੋਈ ਵੀ ਗੱਲ ਮੇਰੇ ਨਾਲ ਨਹੀਂ ਕਰਦੀ। ਮੰਮੀ ਮੈਨੂੰ ਮਾਵਾਂ ਤੋਂ ਵੱਧ ਯਕੀਨ ਤੁਹਾਡੇ 'ਤੇ ਆ, ਮੈਂ ਜੋ ਆ ਨਾ ਗੱਲਬਾਤ ਦਿਲ ਦੀ ਖੋਲ੍ਹ ਕੇ ਤੁਹਾਨੂੰ ਦੱਸ ਦਿੰਦੀ ਹਾਂ, ਇੱਥੋਂ ਤੱਕ ਕਿ ਮੈਂ ਰਣਜੀਤ ਦੀਆਂ ਗੱਲਾਂ ਵੀ ਤੁਹਾਡੇ ਨਾਲ ਕਰ ਲੈਂਦੀ ਹਾਂ। ਮੈਂ ਤਾਂ ਬੜੀ ਕਰਮਾਂ ਵਾਲੀ ਹਾਂ ਜੋ ਮੈਨੂੰ ਰੱਬ ਨੇ ਇਹੋ ਜਿਹੀ ਮਾਂ ਦੇ ਰੂਪ 'ਚ ਸੱਸ ਦਿੱਤੀ ਹੈ। ਅਤੇ ਪੁੱਤ ਮੈਂ ਵੀ ਕਰਮਾਂ ਵਾਲੀ ਹਾਂ, ਜਿਹੋ ਜਿਹੀ ਮੈਨੂੰ ਨੂੰਹ ਮਿਲੀ ਆ ਰੱਬ ਦੇ ਰੂਪ 'ਚ ਤੂੰ ਵੀ ਮੈਨੂੰ ਮਿਲੀ ਆ। ਆ ਧੀਆਂ ਤਾਂ ਕੁਝ ਜਾਣਦੀਆਂ ਤਾਂ ਨੂੰਹਾਂ ਵੇਲਾ ਜਾਣ ਦਿੰਦੀਆਂ, ਧੀ ਤਾਂ ਤੂੰ ਆ ਮੇਰੀ, ਉਹ ਤਾਂ ਉਹ ਗੱਲ ਫਿਰ ਹੁਣ ਮੈਂ ਕੀ ਆਖਾਂ, ਆਖਣ ਨੂੰ ਮੇਰਾ ਜੀ ਨਹੀਂ ਕਰਦਾ। ਮੰਮੀ ਅੱਜ ਕੱਲ੍ਹ ਨਾ ਪੈਸੇ ਨੇ ਰਿਸ਼ਤੇ ਬਦਲ ਕੇ ਰੱਖਦੇ ਆ। ਹਾਂ ਕੋਈ ਕੋਈ ਬੰਦਾ ਵਾ ਜਿਹੜਾ ਪੈਸੇ ਦੇ ਵਿੱਚ ਰਿਸ਼ਤਿਆਂ ਨੂੰ ਸੰਭਾਲਦਾ ਵਾ, ਨਹੀਂ ਤਾਂ ਰਿਸ਼ਤੇ ਅੱਜ ਕੱਲ੍ਹ ਖੇਰੂ ਖੇਰੂ ਹੋਣ ਡਏ ਨੇ, 100-200-500 ਪਿੱਛੇ। ਪੈਸਾ ਪਿੱਛੇ ਪੁੱਤ ਸਭ ਕੁਛ ਹੋ ਜਾਂਦਾ, ਪੈਸਾ ਪਿੱਛੇ ਲੜਾਈਆਂ ਝਗੜੇ, ਤੂੰ ਆਪਣੇ ਘਰ 'ਚ ਹੀ ਵੇਖ ਲਾ ਕੀ ਬਣ ਰਿਹਾ। ਹੁਣ ਮੰਮੀ ਗੁਰਪ੍ਰੀਤ ਨੂੰ ਕਿਤੇ ਨਾ ਕਿਤੇ ਇਹ ਆ ਕਿ ਕਿਤੇ ਨਾ ਕਿਤੇ ਮੇਰਾ ਘਰ ਬਣ ਜੇ, ਮੇਰੇ ਬੱਚੇ ਸੁਖੀ ਵਸਣ, ਮੇਰਾ ਘਰ ਵਾਲਾ ਅਤੇ ਮੈਂ ਸੁਖੀ ਰਹੀਏ। ਉਹ ਭਰਾ ਭਰਜਾਈ ਬਾਰੇ ਮਾਂ ਬਾਰੇ ਨਹੀਂ ਸੋਚਣ ਡਈ ਹੈਗੀ ਇਸ ਟਾਈਮ। ਨਾ ਉਹਨੂੰ ਆਪਣਾ ਹੀ ਆ, ਮੇਰੀਆਂ ਫੀਸਾਂ ਤਰ ਜਾਣ, ਮੇਰਾ ਘਰ ਬਣ ਜੇ। ਸ਼ੰਮੀ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ, ਗੱਲ ਕੀ ਸਲਾਹ ਵੀ ਕਰਨੀ ਆ। ਪੁੱਤ ਰੱਖੜੀ ਆਉਣ ਡਈ ਆ ਅਤੇ ਹੁਣ ਕੀ ਕਰਨਾ? ਉਹ ਛੱਡੋ ਮੰਮੀ, ਰੱਖੜੀ ਦੀ ਸਲਾਹ ਵੀ ਕਰ ਲੈਂਦੇ ਹਾਂ, ਆ ਰੋਟੀ ਪਾਣੀ ਖਾ ਲਓ। ਪਤਾ ਨਹੀਂ ਤੁਸੀਂ ਕਾਹਦੇ ਝੋਰੇ ਲਾਏ ਆ ਦਿਲ ਦਿਮਾਗ ਨੂੰ, ਇੰਨੀ ਟੈਨਸ਼ਨ 'ਚ ਕਿਉਂ ਲੱਗਣ ਡਏ ਜੇ? ਉਹ ਪਰਮਾਤਮਾ ਬੈਠਾ ਵਾ ਸਭ ਦੀ ਰੋਟੀ ਦੇਣ ਵਾਲਾ, ਇੰਨੀ ਟੈਨਸ਼ਨ 'ਚ ਤੇ ਗੁਰਪ੍ਰੀਤ ਤੇ ਸੋਨੂੰ ਭਾਜੀ ਨਹੀਂ ਹੈਗੇ ਜਿਹਨਾਂ ਦਾ ਘਰ ਘਾਟ ਨਹੀਂ ਰਿਹਾ। ਉਹ ਮੈਂ ਨਹੀਂ ਕਦੇ ਇੱਕ ਗੱਡੀ ਤੋਂ ਉਤਰਦੀ ਹੈ ਤਾਂ ਦੂਜੀ 'ਤੇ ਚੜ੍ਹ ਜਾਂਦੀ ਹੈ, ਮਾਰ ਕਿਤੇ ਮੈਂ ਨਹੀਂ ਕਾਲੇ ਰੰਗ ਦੀਆਂ ਵਾਲੀਆਂ ਪਾਈਆਂ ਨੇ ਉਹਨੇ। ਚਲੋ ਕੋਈ ਨਹੀਂ, ਪਹਿਲਾਂ ਟੈਨਸ਼ਨ ਲਓ, ਚੱਲ ਤੂੰ ਰੋਟੀ ਲਿਆ, ਬੁਰਕੀ ਖਾਈ ਆ। ਆਈ ਬਸ ਹੁਣੇ ਪਨੀਰ ਦੀ ਭੁਰਜੀ ਬਣਾਈ ਮੈਂ। ਫਿਰ ਅੱਬਾ ਤੇਰਾ ਸ਼ੁਕਰ ਆ ਜੇ ਇਹੋ ਜਿਹੀ ਨੂੰ ਜਿਹਨੇ ਮੈਨੂੰ ਦਿੱਤੀ ਆ, ਨਹੀਂ ਮੈਂ ਤਾਂ ਇੰਨੇ ਜੋਗੀ ਨਹੀਂ ਹਾਂ ਵੀ ਮੇਰਾ ਕਿੰਨਾ ਧਿਆਨ ਰੱਖਦੀ। ਇੱਕ FD ਮੈਂ ਲਿਆਂਦੀ ਪੁੱਤ ਮੇਰੇ ਕੋਲ ਸਾਈਨ ਕਰਾ ਲਾ। ਇਸ ਕੁੜੀ ਨੇ ਇੱਕ ਵਾਰਾਂ ਨਹੀਂ ਕਿਹਾ ਵੀ ਮੰਮੀ ਲੈ ਕਰ ਦੇ, ਲਾਲਚੀ ਨਹੀਂ ਇਹਨੂੰ, ਬਸ ਸਾਰਿਆਂ ਦਾ ਦੁੱਖ ਸਮਝਦੀ, ਮੇਰਾ ਵੀ ਸਮਝਦੀ, ਰਣਜੀਤ ਦਾ ਵੀ ਸਮਝਦੀ। ਇਹ ਮੰਮੀ ਜਦੋਂ ਲੋੜ ਹੋ ਅਸੀਂ ਆਪੇ ਕਰਾ ਲਾਂਗੇ, ਐਡੀ ਚੰਗੀ ਮੇਰੀ ਨੂੰਹ, ਮੈਂ ਤਾਂ ਕਰਮਾਂ ਵਾਲੀ ਹਾਂ। ਜਾਨ ਬਚ ਗਈ, ਮੈਨੂੰ ਪਤਾ ਮੈਂ ਕਿਵੇਂ ਦੌੜੀ, ਸ਼ੰਮੀ ਨੇ ਅੱਜ ਤਾਂ ਮੈਨੂੰ ਫੜ ਹੀ ਲੈਣਾ ਸੀ ਗੱਲਾਂ ਸੁਣਦੀ ਨੂੰ, ਜੇ ਨਾ ਨਾ ਗੱਲਾਂ ਸੁਣਾ ਤਾਂ ਮੈਨੂੰ ਪਤਾ ਹੀ ਨਾ ਲੱਗੇ ਇਹਨਾਂ ਦੇ ਕੀ ਭੇਤ ਹੈਗੀ ਹੈ, ਪਤਾ ਕਿਵੇਂ ਲੱਗੇਗਾ, ਕੀ ਲੁਕਾਉਂਦੀਆਂ ਵੀ ਹੈ, ਕਿਵੇਂ ਘੁਸਰ ਮੁਸਰ ਇੱਕ ਦੂਜੇ ਦੇ ਕੰਨ 'ਚ ਬੋਲਦੀਆਂ ਵੀ ਹੈ ਕਿ ਗੁਰਪ੍ਰੀਤ ਨਾ ਸੁਣ ਲਵੇ, ਪਰ ਗੁਰਪ੍ਰੀਤ ਨੇ ਸਾਰੀਆਂ ਗੱਲਾਂ ਸੁਣ ਹੀ ਲਈਆਂ। ਪੈਂਟਾਂ ਦੇ ਥੱਲੇ ਇਹੋ ਜਿਹਾ ਕਿਹੜਾ ਖਜ਼ਾਨਾ ਜਿਹੜਾ ਪੈਂਟਾਂ ਦੇ ਥੱਲੇ ਹੈ, ਵੇਖਦੀਆਂ ਅਲਮਾਰੀਆਂ ਕਿਹੜੀ ਅਲਮਾਰੀ, ਉਸ ਦੇ ਇੱਥੇ ਦੀ ਅਲਮਾਰੀ ਬਥੇਰੀ ਹੈ। ਕੁਛ ਨਹੀਂ ਗਾ।
ਕੋਲੇ ਪੈਂਟਾਂ ਨਹੀਂ ਗਈਆਂ। ਕਿੱਥੇ ਪੈਂਟਾਂ ਰੱਖੀਆਂ ਇਹਨਾਂ ਨੇ ਜਿਹੜੀਆਂ ਪੈਂਟਾਂ 'ਤੇ ਚੱਲੇ? ਕੋਈ ਇੰਜ ਥੋੜ੍ਹੀ ਨਾ ਰੱਖਿਆ, ਉਹ ਖਾਸ ਹੀ ਪੈਂਟਾਂ ਹੋਣੀਆਂ ਜਿਹੜੀਆਂ ਤੈਅ ਕੀਤੀਆਂ ਹੋਣੀਆਂ, ਪ੍ਰੈਸ ਕੀਤੀਆਂ ਹੋਣੀਆਂ, ਉਹਨਾਂ ਦੇ ਥੱਲੇ ਹੋਏਗਾ। ਇੱਥੇ ਪਹਿਲੇ ਗੁੱਛੂ ਮੁੱਛੂ ਕੱਪੜੇ ਆ, ਇੱਥੇ ਨਹੀਂ। ਹੋਰ ਚਾਰ ਅਲਮਾਰੀਆਂ ਹੈਗੀਆਂ ਘਰ ਵਿੱਚ, ਮੈਨੂੰ ਤਾਂ ਪੂਰੀ ਨਿਗਰਾਨੀ ਰੱਖਣੀ ਪੈਣੀ ਹੈ। ਪਰ ਨਿਗਰਾਨੀ ਤਾਂ ਤਾਂ ਰੱਖਾਂਗੀ ਨਾ ਜਦੋਂ ਇਹਨੂੰ ਸੱਸ ਇੱਧਰ ਉੱਧਰ ਹੋਣਗੀਆਂ, ਤਾਂ ਹੀ ਮੈਂ ਵੇਖ ਕੇ ਆਵਾਂ ਕੀ ਹੈਗਾ ਪੈਂਟਾਂ ਦੇ ਥੱਲੇ, ਕੋਈ ਮਿਲ ਹੀ ਜਾਵੇ ਖਜ਼ਾਨਾ। ਲੈ ਭਾਬੀ ਤੁਸੀਂ ਰੋਟੀ ਬਣਾ ਲਵੇ, ਚਲੋ ਦੋ ਫੁਲਕੇ ਮੇਰੇ ਵੀ ਲਾ ਦੇਣਾ। ਤੇ ਮੈਂ ਕੀ ਕਹਿੰਦੀ ਖਾਧੀ ਨੀ ਸਵੇਰ ਦੀ? ਉਹ ਯਾਰ ਭੁੱਖ ਲੱਗ ਹੀ ਜਾਂਦੀ, ਵਿਹਲੇ ਬੰਦਿਆਂ ਨੂੰ ਭੁੱਖ ਹੀ ਲੱਗਦੀ ਆ। ਪਨੀਰ ਦੀ ਸਬਜ਼ੀ ਥੋੜੀ ਜੀ ਆ ਤੇ ਸਾਰੀ ਨਾ ਖਾ ਛੜੀ, ਰਜੀਤ ਨੇ ਵੀ ਆਉਣਾ ਤੇ ਥੋੜੀ ਜਿਹੀ ਲੈ ਲਾ ਤੇ ਨਾਲ ਲੈ ਲਾ ਅੰਬ ਦਾ ਚਾਹ, ਸੁਣੀ ਗੱਲ? ਥੋੜਾ ਚਾਹ ਦੇ। ਆਹੋ ਮੈਨੂੰ ਤਾਂ ਦੋ ਦੋ ਮਿੰਟਾਂ ਬਾਅਦ ਭੁੱਖ ਲੱਗਦੀ ਆ ਤੇ ਮੈਂ ਹੁਣ ਕੀ ਕਰਾਂ? ਕੀ ਕਰਾਂ ਵਾਕਿਆ, ਉਹਨੂੰ ਭੁੱਖ ਬੜੀ ਲੱਗਦੀ। ਮੇਰੀ ਗੱਲ ਸੁਣੋ, ਮੈਂ ਤਾਂ ਸਾਫ਼ ਸਫ਼ਾਈ ਕਰ ਦੇਵਾਂ, ਕਿਚਨ ਦੀਆਂ ਬਾਰੀਆਂ ਵੀ ਸਾਫ਼ ਕਰ ਦੇਵਾਂ, ਇਕੱਲੇ ਲੱਗੇ ਰਹਿੰਦੇ ਹੋ, ਇੰਨਾ ਫ੍ਰੀ ਹੈਗੀ ਨਾ ਘਰ 'ਚ ਹੀ, ਕਿਤੇ ਨਹੀਂ ਜਾਣਾ ਅੱਜ ਮੈਂ। ਅੱਛਾ, ਤੇ ਕਿਚਨ ਦੀਆਂ ਬਾਰੀਆਂ ਬੁਰੀਆਂ ਕਰਦੇ ਹੋ ਸਾਫ਼? ਕਰਦੇ ਵੀ ਪੁੱਛਣ ਵਾਲੀ ਗੱਲ ਆ, ਜਿੱਥੇ ਰਹਿਣਾ ਵਾ ਸਫਾਈ ਤੇ ਕਰਨੀ ਪੈਂਦੀ ਆ। ਮੰਮੀ ਮੈਨੂੰ ਹੁਣੇ ਲੱਛ ਵੀ ਦੇ ਕੇ ਗਏ ਆ ਕੰਮ। ਮੱਝ ਵੀ ਬਵੇ ਨਾ ਤੇ ਪੂਛ ਮਾਰ ਕੇ ਬੈਂਦੀ ਆ, ਤੈਨੂੰ ਤਾਂ ਵੀ ਸ਼ਰਮ ਨਹੀਂ ਹੁੰਦੀ ਤੇ ਸਫਾਈ ਕਰਦਾ? ਚਲੋ ਭਾਬੀ ਛੱਡੋ ਨਾ ਇੰਨੀ ਨਾਰਾਜ਼ਗੀ, ਤੇ ਮੇਰੀ ਗੱਲ ਸੁਣੋ। ਮੈਂ ਕਿਹਾ ਉਹ ਦੀਵਾਨ ਵੀ ਸਾਫ਼ ਕਰ ਦਵਾਂ, ਕਿੰਨੀ ਦੇਰ ਹੋ ਗਈ ਆ, ਮੈਨੂੰ ਲੱਗਦਾ ਚੂਹੀ ਵੜ ਗਈ ਆ, ਸਮੈਲ ਬੜੀ ਕਮਰੇ 'ਚ। ਚੰਗਾ ਪੈਣਾ ਪਰੇ ਹੋ ਕੇ ਖਲੋ, ਮੇਰੇ ਉੱਤੇ ਕਾਹਤੋਂ ਚੜੀ ਜਾਣ ਡਈ ਆ, ਰੋਟੀਆਂ ਬਣਾਉਂਦੇ ਅੱਗੇ ਗਰਮੀ ਲੱਗਣ ਡਈ ਆ। ਅੱਛਾ ਦੀਵਾਨ ਵੀ ਚਲੋ ਹੋ ਗਿਆ, ਬਾਰੀਆਂ ਵੀ ਮੈਂ ਟੈਨਸ਼ਨ ਨਹੀਂ ਲੈਣਾ, ਮੇਰੇ ਕੰਮ ਨੇ, ਮੈਂ ਆਪੇ ਸਾਫ਼ ਕਰ ਦਿੰਦੀ, ਛੱਤ ਵੀ ਸਾਫ਼ ਕਰ ਦਿੰਦੀ, ਕੋਠਾ ਬੜਾ ਗੰਦਾ। ਕਰਦੇ ਕਰਦੇ ਸ਼ੁਕਰ ਕਿਤੇ ਤੈਨੂੰ ਅਕਲ ਆਉਣ ਲੱਗੀ, ਘਰ ਸਾਰੇ ਪੁੱਛਣ ਵਾਲੀ ਗੱਲ ਆ। ਪੁੱਛਣ ਵਾਲੀ ਗੱਲ ਨਹੀਂ, ਮੈਂ ਤਾਂ ਇਹੀ ਕਿਹਾ ਵੇ, ਮੈਂ ਕਿਹਾ ਫੇਰ ਨਾ ਕਹਿਣਾ ਕੰਮ ਨਹੀਂ ਕਰਦੀ, ਤਾਂ ਕਰਕੇ ਮੱਖੀ ਪੈ ਜਾਂਦੀ ਆ ਦੁਬਾਰਾ। ਹੋਰ ਮੈਂ ਕਹਿੰਦੀ ਵੀ ਆ ਅਲਮਾਰੀਆਂ ਵੀ ਸਾਫ਼ ਕਰ ਦਿੰਦੀ ਆ, ਕਿਉਂਕਿ ਤੁਸੀਂ ਤੇ ਮੰਮੀ ਕਹਿੰਦੇ ਕੱਪੜੇ ਤੈਅ ਲਾ ਕੇ ਰੱਖਦੀ ਨੀ, ਪ੍ਰੈਸ ਪ੍ਰੂਸ ਕਰਕੇ ਮੰਮੀ ਦੋ ਤੈਅ ਲਾ ਕੇ, ਮੈਂ ਤੁਹਾਡੇ ਕੱਪੜੇ ਵਾ ਸਾਈਡ ਤੇ, ਵੀਰੇ ਦੇ ਕੱਪੜੇ ਸਾਈਡ ਤੇ ਤੇ ਮੰਮੀ ਦੇ ਸਾਈਡ ਤੇ ਲਾ। ਮੇਰੀ ਗੱਲ ਸੁਣਨਾ ਧਿਆਨ ਨਾਲ, ਬਾਕੀ ਸਾਰੇ ਕੰਮ ਕਰ ਲਾ, ਮੇਰੀ ਅਲਮਾਰੀ ਵੀ ਸਾਫ਼ ਕਰਨੀ। ਪਤਾ ਕੀ ਗੱਲ ਆ, ਉੱਥੇ ਕਈ ਸਾਡੀਆਂ ਪਰਸਨਲ ਚੀਜ਼ਾਂ ਪਈਆਂ ਹੁੰਦੀਆਂ ਵਾ, ਮੇਰੀਆਂ ਤੇ ਰਣਜੀਤ ਦੀਆਂ, ਉਹ ਅਲਮਾਰੀ ਨੂੰ ਹੱਥ ਨਹੀਂ ਲਾਉਣਾ, ਖਬਰਦਾਰ ਅਲਮਾਰੀ ਨੂੰ ਹੱਥ ਲਾ ਦੇ। ਬਾਕੀ ਕਰ ਲਾ, ਭਾਂਡੇ ਭੁੰਡੇ ਮਾਂਜ, ਬਾਰੀਆਂ ਕਰ ਸਾਫ਼, ਆਹ ਦਰਾਜ ਸਾਫ਼ ਕਰ। ਉਹ ਕਰ ਦਵਾਂਗੀ ਸਾਰੇ ਕੰਮ, ਕਰ ਮੈਂ ਬਾਰੀ ਕਰ ਦਿੰਦੀ ਅਲਮਾਰੀ ਸਾਫ਼। ਸੁਣ ਲਓ ਸਾਰੇ ਕੱਪੜੇ ਪ੍ਰੈਸ ਕਰਕੇ ਲਾ ਦਵਾਂਗੀ ਸਾਰੇ, ਚੰਗੀ ਤਰ੍ਹਾਂ ਤੈਅ ਦੇ ਤੈਅ, ਤੁਹਾਨੂੰ ਪਰੇਸ਼ਾਨੀ ਕਿੰਨੀ ਹੁੰਦੀ? ਗੁਰਪ੍ਰੀਤ ਤੇਰੇ ਵੀਰ ਦੀਆਂ ਪੈਂਟਾਂ ਮੈਂ ਦੇ ਦੇਣੀਆਂ, ਦੋ ਚਾਰ ਜਿਹੜੀਆਂ ਹੈਗੀਆਂ ਪ੍ਰੈਸ ਕਰ ਲੂੰ, ਬਾਕੀ ਮੈਂ ਭਾਜੀ ਤੇ ਰੋਜ਼ ਕੱਲ ਬਦੇ ਕੱਪੜੇ ਲੱਭਦੇ ਨਹੀਂ ਉਹਨਾਂ ਨੂੰ, ਮੈਂ ਪੈਂਟਾਂ ਪੁੰਟਾਂ ਚੰਗੀ ਤਰ੍ਹਾਂ ਤਰੀਜ ਬਣਾ ਦੇਣੀ, ਤੁਹਾਡੇ ਕੋਲ ਪ੍ਰੈਸ ਨਹੀਂ ਹੁੰਦੀ, ਉਹ ਹੀ ਕਹਿੰਦੇ ਆ ਕਿ ਪ੍ਰੈਸ ਨਹੀਂ ਕਰਦੀ ਸ਼ੰਮੀ ਸਹੀ ਤਰ੍ਹਾਂ। ਨਹੀਂ ਗੁਰਪ੍ਰੀਤ ਕੋਈ ਗੱਲ ਨਹੀਂ, ਆਪਣੀ ਅਲਮਾਰੀ ਦਾ ਕਰ ਲੂੰ, ਬਾਕੀ ਤੂੰ ਕਰ ਲਾ ਮੇਰੀ ਭੈਣ, ਇੱਦਾਂ ਨਾ ਕਰਿਆ ਕਰ ਫਿਰ, ਜਿਹੜੀ ਚੀਜ਼ ਤੋਂ ਤੈਨੂੰ ਮੈਂ ਰੋਕਾਂ ਨਾ ਰੁਕ ਜਾ ਕਰ। ਚਲੋ ਮੈਂ ਤਾਂ ਤੁਹਾਡੇ ਭਾਰੇ ਸੋਚਿਆ, ਅੱਜ ਕੱਲ੍ਹ ਉਹ ਵੀ ਤਾਂ ਕਰ ਲੈਣਾ, ਮੈਂ ਸਮਝਿਆ ਕਰ ਗੱਲ ਨੂੰ, ਕਰਦੀ ਇਹਨੇ ਅਲਮਾਰੀ ਸਾਫ਼, ਅੱਗੇ ਇਹਨੇ ਘੱਟ ਅਲਮਾਰੀਆਂ ਸਾਫ਼ ਕਰਤੀਆਂ, ਹੁਣ ਤਾਂ ਸਾਰਾ ਕੁਝ ਸਾਫ਼ ਕਰਨ ਨੂੰ ਫਿਰਦੀ ਆ। ਹਾਂ ਤੇ ਮੇਰੀ ਬਹਾਦਰੀ ਆ, ਤੈਨੂੰ ਮੈਂ ਪਰੇ ਰੱਖਿਆ ਵਾ, ਤੂੰ ਤਾਂ ਸਾਡੇ ਸਿਰ ਤੇ ਚੜ ਕੇ ਨੱਚੇ, ਤੂੰ ਜਿਹੜੀ ਡਈ ਆ ਨਾ ਸਫਾਈਆਂ ਕਰ, ਤੈਨੂੰ ਚੰਗੀ ਤਰ੍ਹਾਂ ਤੈਨੂੰ ਮੈਂ ਜਾਣਦੀ ਹਾਂ ਵੀ ਕੀ ਤੇਰੀ ਹੈਗੀ ਆ ਦਿਲ ਦੀ ਕਾਲੇ ਦੀ ਡਿਮਾਂਡ, ਵੀ ਕੁਝ ਨਾ ਕੁਝ ਲੱਭ ਜਾਵੇ ਅਲਮਾਰੀ ਚੋਂ। ਕਾਕਾ ਅਲਮਾਰੀ ਤੇ ਤਰਕੋ ਮੈਂ ਸਾਫ਼ ਕਰਾਉਂਗੀ, ਪਰ ਕਿਸੇ ਗੱਲ ਨਾ ਕਰਾਉਂਗੀ, ਹਜੇ ਮੈਨੂੰ ਦਿਮਾਗ ਲਾ ਲੈਂਦੇ, ਗਰਮੀ ਬੜੀ ਹਜੇ ਮੇਰਾ ਦਿਮਾਗ ਨਹੀਂ ਲੱਗਣ ਡਿਆ। ਕਹਿੰਦੀ ਮੇਰੀ ਅਲਮਾਰੀ ਨੂੰ ਹੱਥ ਨਾ ਲਾਈ, ਪੱਕੀ ਗੱਲ ਹੈ ਜਾਂ ਤੇ ਅਲਮਾਰੀ 'ਚ ਕੁਛ ਹੈਗਾ ਹੀ,
ਪੈਸਾ ਧੇਲੇ ਦੀ ਕਿਹੜੀ ਗੱਲ ਹੈ, ਅੱਗੇ ਤਾਂ ਨਹੀਂ ਮੈਨੂੰ ਇੰਝ ਟੋਕਦੀ ਜਿੰਨਾ ਹੋਣ ਆ ਜੋ ਡੁੱਟ ਕੇ ਪੈਂਦੇ ਗੀ। ਕੁਛ ਨਾ ਕੋਈ ਤਾਂ ਖਜ਼ਾਨਾ ਹੈਗਾ ਇਹਦੀ ਅਲਮਾਰੀ 'ਚ, ਹੱਥ ਕੀ ਮੈਂ ਪੂਰੇ ਚੰਗੀ ਤਰ੍ਹਾਂ ਫੋਲਾ ਫਲੀ ਕਰਾਂਗੀ ਇਹਦੀ ਅਲਮਾਰੀ ਦੀ, ਕੀ ਹੈਗਾ ਵੇ। ਅਤੇ ਮੰਮੀ ਨੂੰ ਵੀ ਮਸਕਾ ਲਾ ਕੇ ਵੇਖਾਂ, ਕੀ ਪਤਾ ਉਹਦੀ ਅਲਮਾਰੀ ਸਾਫ਼ ਕਰਨ ਦਾ ਮੌਕਾ ਮਿਲ ਜਾਵੇ। ਮੰਮੀ ਗੁਰਪ੍ਰੀਤ ਤੂੰ, ਹਾਏ ਮਾਂ ਵੇਰੀ ਵਿਚਾਰੀ ਥੱਕ ਜਾਂਦੀ ਕੰਮ ਕਰ ਕਰਕੇ, ਹਨਾ ਥੱਕ ਕੇ ਲੱਗਦਾ ਜ਼ਿਆਦਾ ਹੀ। ਹਾਂ ਪੁੱਤ ਥੱਕ ਤਾਂ ਮੈਂ ਜਾਂਦੀ ਹਾਂ, ਹੁਣ ਉਹ ਵੀ ਕੁੜੀ ਇਕੱਲੀ ਲੱਗੀ ਰਹਿੰਦੀ ਆ, ਫਿਰ ਮੈਨੂੰ ਤਾਂ ਲੱਗਦਾ ਸੀ ਵੀ ਮੈਂ ਉਹਦੇ ਨਾਲ ਹੱਥ ਮਾਸਾ ਵਟਾਵਾਂ, ਚਲੋ ਮੈਂ ਕਿਤੇ ਲਾਗੋ ਫੁਲਕੇ ਫਲਕੇ ਲਾ ਦਿੰਦੀ ਹਾਂ, ਇੰਨਾ ਕੰਮ ਤਾਂ ਮੈਨੂੰ ਕਰਨੀ ਨਹੀਂ ਦਿੰਦੀ, ਤੂੰ ਵੇਖਣੀ ਰਹੀ ਆ। ਗੱਲ ਤਾਂ ਤੁਹਾਡੀ ਸਹੀ ਆ, ਪਰ ਮੰਮੀ ਮੈਂ ਵੀ ਅੱਜ ਸੋਚਿਆ ਕਿ ਤੁਸੀਂ ਦੋਵੇਂ ਲੱਗੀਆਂ ਰਹਿੰਦੀਆਂ ਅਤੇ ਮੈਂ ਵੀ ਹੁਣ ਨਾ ਕੰਮ ਕਰਨਾ ਕਰਨਾ, ਵੇਖ ਨਾ ਕਿਵੇਂ ਤੁਹਾਡਾ ਘਰ ਚਕਾ ਚੱਕ ਚਾਂਦ ਵਰਗਾ ਚਮਕਣਾ। ਲੈ ਆਹ ਤਾਂ ਬੜੀ ਖੁਸ਼ੀ ਦੀ ਗੱਲ ਆ, ਹੋਰ ਕਿ ਮੇਰੀ ਧੀ ਵੀ ਸਿਆਣੀ ਹੋ ਗਈ, ਕਿਤੇ ਕੰਮ ਧੰਦਾ ਕਰਿਆ ਕਰੋ, ਚੱਲ ਮੇਰੇ ਵੀ ਮਨ ਤੋਂ ਬੋਝ ਲੱਥੂ, ਹੁਣ ਉਹ ਕੁੜੀ ਨੂੰ ਭੋਰਾ ਸਾਹ ਆ ਜਾਓ। ਅਤੇ ਰਾਤੀ ਮੈਨੂੰ ਦੱਸ ਦਿਆ ਕਰੋ, ਤੁਹਾਡੀ ਲੱਤਾਂ ਵੀ ਰਾਤੀ ਘੁੱਟਦਾ ਕਰਾਂਗੀ, ਰਾਤੀ ਲੱਤਾਂ ਘੁੱਟਾਂਗੀ ਨਾ ਆਰਾਮ ਨਾਲ ਤੁਹਾਨੂੰ ਚੈਨ ਦੀ ਨੀਂਦ ਪਊਗੀ। ਨਹੀਂ ਪੁੱਤ ਲੱਤਾਂ ਦੀ ਨਹੀਂ ਮੈਨੂੰ ਲੋੜ, ਮੈਨੂੰ ਇੰਨਾ ਹੀ ਆ, ਤੂੰ ਉਹਦੇ ਨਾਲ ਹੱਥ ਵਟਾਇਆ ਕਰ, ਥੋੜ੍ਹਾ ਬਹੁਤਾ ਉਹਨੂੰ ਸਾਹ ਦਵਾਇਆ ਕਰ, ਉਹ ਵੀ ਵਿਚਾਰੀ ਕਿਤੇ 10 ਮਿੰਟ ਅਰਮਾਨ ਕਰ ਲਿਆ ਕਰ, ਬਹਿੰਦੀ ਨਹੀਂ ਸਾਰਾ ਦਿਨ। ਉਹ ਤਾਂ ਗੱਲ ਸਹੀ ਆ, ਵਾਕਈ ਲੱਗੀ ਰਹਿੰਦੀ ਭਾਬੀ ਹੁਣ ਵੀ ਰੋਟੀ ਬਣਾਉਂਦੇ ਪਏ ਸੀ, ਅਤੇ ਨਾ ਮੈਂ ਕਹਿੰਦੀ ਵੀ ਹਾਂ ਮੈਨੂੰ ਲੱਗਦਾ ਤੁਸੀਂ ਸਾਰਾ ਦਾਨ ਪੁੰਨ ਅਤੇ ਵਿਮਲ ਵਾਰੀ ਕਰਤਾ, ਜਦੋਂ ਵਿਮਲ ਦੀਦੀ ਆਉਣ ਵਾਲੇ ਸੀ ਉਦੋਂ ਹੀ ਪਾਠ ਪੂਜਾ ਕੀਤੀ ਹੋਣੀ, ਮੇਰੀ ਵਾਰੀ ਕੁਛ ਕੀਤਾ ਵੀ ਨਹੀਂ ਹੋਣਾ, ਤਾਂ ਹੀ ਇਹੋ ਜਿਹੀ ਕੁੜੀ ਪੱਲੇ ਪਈ ਤੁਹਾਡੇ। ਨਹੀਂ ਭੈਣਾ ਪਾਠ ਪੂਜਾ ਮੈਂ ਦੋਵਾਂ ਵਾਰਾਂ ਕੀਤਾ, ਪਰ ਗੱਲ ਇਹ ਹੋਈ ਆ ਤੂੰ ਕਿਤਰਾਂ ਦੀ ਨਿਕਲੀ ਤੇ ਉਹ ਕਿਤਰਾਂ ਦੀ। ਹੋਰ ਕੀ ਕਹਿੰਦੇ ਨਾ ਮਾਵਾਂ ਪਾਠ ਪੂਜਾ ਕਰਨਾ ਬੱਚੇ ਨੂੰ ਫਲ ਮਿਲਦਾ, ਅਤੇ ਮੈਨੂੰ ਵੇਖੋ ਮੈਨੀ ਕੰਮੀ ਜਿਹੀ ਪੱਲੇ ਪੈ ਗਈ ਤੁਹਾਡੇ। ਸਹੀ ਗੱਲ ਮੈਨੂੰ ਸ਼ਰਮ ਬੜੀ ਆਉਂਦੀ ਕਦੀ ਕਦੀ ਤੇ ਆਪਣੇ ਆਪ 'ਤੇ ਵੀ ਕਿ ਮੈਂ ਕਿੰਜਦੀ ਹੈਗੀ ਹਾਂ, ਆਪਣੀ ਭਾਬੀ ਨੂੰ ਵੀ ਤੰਗ ਕਰਦੀ, ਕੀ ਕਰਾਂ ਮੇਰਾ ਨੇਚਰ ਹੀ ਅੰਜਦ, ਮੈਂ ਜਾਣ ਬੁੱਝ ਕੇ ਨਹੀਂ ਕੁਛ ਕਰਦੀ ਮੰਮੀ, ਮੇਰਾ ਸੁਭਾਅ ਹੀ ਕੋੜਾ। ਚੱਲ ਕੋਈ ਨਹੀਂ ਪੁੱਤ, ਸੁਭਾਅ ਹੁਣ ਮਿੱਠਾ ਕਰ ਲਾ, ਵਕਤ ਵਕਤ ਨਾ ਬਦਲਣਾ ਚਾਹੀਦਾ ਬੰਦੇ ਨੂੰ, ਇਹ ਥੋੜ੍ਹਾ ਵੀ ਇੱਕੋ ਜਿਹਾ ਹੀ ਰੱਖੇ ਵੀ ਮੈਂ ਹੁਣ ਨਿਆਣਪੁਣੇ 'ਚ ਹੀ ਰਹਾਂ, ਤੂੰ ਥੋੜ੍ਹੀ ਬਹੁਤੀ ਸਿਆਣੀ ਪੁੱਤ ਬਣ, ਮੈਨੂੰ ਬੜੀ ਖੁਸ਼ੀ ਹੋ, ਮੇਰੇ ਮਨ ਤੋਂ ਕਿਤੇ ਬੋਝ ਲੱਥੂ, ਮੇਰੀ ਵੀ ਕਿਤੇ ਧੀ ਨੂੰ ਵਕਲੇ ਆਈ ਹੈ, ਤਾਂ ਹੀ ਚੈਨ ਮਿਲਦਾ ਮਾਵਾਂ ਨੂੰ, ਜੇ ਆਪਸ 'ਚ ਭਾਬੀਆਂ ਨਾਲ ਨਾਨਾ ਲੜੀ ਜਾਂਦੇ ਕਿੱਥੋਂ ਮਾਂ ਵਿਚਾਰੀ ਨੂੰ ਚੈਨ ਮਿਲਣਾ, ਸੱਸ ਵਿਚਾਰੀ ਦੁਖੀ ਰਹਿੰਦੀ। ਇਸੇ ਕਰਕੇ ਨਾ, ਇਸੇ ਕਰਕੇ ਮੈਂ ਥੱਕ ਟੁੱਟ ਜਾਂਦੀ ਹਾਂ, ਟੈਨਸ਼ਨਾਂ ਵੇ ਵੇ ਟੈਨਸ਼ਨਾਂ ਹੁੰਦੀਆਂ, ਮੇਰੇ ਨਾਲ ਵੀ ਤੁਹਾਡੀਆਂ ਬਹੁਤ ਟੈਨਸ਼ਨਾਂ ਮੰਮੀ ਵੱਧ ਗਈਆਂ, ਹਨਾ ਉਹ ਤਾਂ ਹੈ ਹੀ ਆ ਪੁੱਤ, ਤੈਨੂੰ ਵੀ ਦਿਸਣ ਨਹੀਂ ਡਿਆ, ਉਹ ਤਾਂ ਦਿਖਦਾ ਹੀ, ਮਾਂ ਦੇ ਦਿਲ ਨੂੰ ਪੁੱਛ ਕੇ ਵੇ, ਜਿਹਦੀ ਧੀ ਘਰ ਰਲ ਕੇ ਬੈਠੀ ਹੋਵੇ ਉਹਨੂੰ ਟੈਨਸ਼ਨ ਘੱਟ ਹੁੰਦੀ ਆ, ਇੱਕ ਦੁਖੀ ਹੋਵੇ, ਪਰ ਇੱਕ ਤੇਰੀਆਂ ਜਿਹੜੀਆਂ ਕਰਤੂਤਾਂ ਇਹ ਨਹੀਂ ਮੈਨੂੰ ਚੰਗੀਆਂ ਲੱਗਦੀਆਂ, ਫਿਰ ਮੈਨੂੰ ਚਿੜ ਮੱਚ ਜਾਂਦੀ, ਤੂੰ ਪਿਆਰ ਨਾਲ ਸਮਝਾਇਆ ਕਰਨਾ ਧੀਆਂ ਨੂੰ, ਪਿਆਰ ਨਾਲ ਕਈਆਂ ਦਾ ਸੁਭਾਅ ਵੱਖਰਾ ਹੁੰਦਾ, ਕੋਈ ਡਾਂਟਣ ਦਾ ਬੱਚਾ ਸੁਧਰਦਾ, ਕੋਈ ਪਿਆਰ ਨਾਲ, ਮੈਂ ਪਿਆਰ ਨਾਲ ਸੁਧਰ ਜਾਂਦੀ, ਤੂੰ ਮੈਨੂੰ ਪਿਆਰ ਨਾਲ ਹੀ ਸਮਝਾਇਆ। ਚੱਲ ਕੋਈ ਨਹੀਂ, ਤੈਨੂੰ ਮੈਂ ਪਿਆਰ ਨਾਲ ਹੀ ਸਮਝਾਉਂਗੀ, ਪਰ ਪੁੱਤ ਮੇਰੇ ਆਖੇ ਲੱਗ, ਹੁਣ ਸਿਆਣੀ ਬਣਦੀ ਹੈ ਤੇਰੀ ਉਮਰ, ਹੁਣ ਨਿਆਣਿਆਂ ਵਾਲੀ ਹੈਨੀ ਆ, ਤੂੰ ਭਰਜਾਈ ਨਾ ਕੰਮ ਧੰਦਾ ਕਰਿਆ ਕਰੋ, ਬਾਹਰ ਅੰਦਰ ਦਾ ਵੇਖਿਆ ਕਰੇ, ਤੂੰ ਕੋਈ ਲਾਗੋ ਪੋਚੇ ਪਾਚੇ ਲਾ ਦਿਆ ਕਰ, ਕੱਪੜਾ ਲੱਤਾ ਧੋਇਆ ਕਰ, ਜੋੜਿਆ ਕਰ, ਕਿੰਨੇ ਕੰਮ ਹੋਏ ਘਰ ਚ, ਜੋੜਨ ਵਾਲਾ ਕੰਮ ਮੰਮੀ, ਕੰਮ ਦਾ ਪੁੱਤ ਸਾਰਾ ਦਿਨ ਨਹੀਂ ਮੁੱਕਦੇ ਜੇ ਕਰ, ਜੋੜਨ ਵਾਲਾ ਕੰਮ ਇੱਕ ਦਿਨ ਮੈਂ ਕਰ ਦਵਾਂ, ਕਰਾਂਗੀ ਸਾਰਾ, ਅਤੇ ਮੈਂ ਨਾ ਪ੍ਰੈਸ ਵੀ ਕਰ ਦੇਵਾਂਗੀ, ਪ੍ਰੈਸ ਵਾਲੇ ਕੱਪੜੇ ਤੁਸੀਂ ਬਾਹਰੋਂ ਬੂਰੋ ਨਾ ਕਰਾਇਆ ਕਰੋ, ਭਾਈ ਵੀ ਕਲਪ ਦੇ ਚੱਜ ਦੇ ਪ੍ਰੈਸ ਵੀ ਨਹੀਂ ਹੁੰਦੇ। ਪੁੱਤ ਕੱਪੜੇ ਪ੍ਰੈਸ ਵਾਲੀ ਕੰਮ ਛੱਡ, ਮੇਰੀ ਸੁਣ ਪੁੱਤ ਗੱਲ, ਹੁਣ ਤੂੰ ਸਿਆਣੀ ਬਣ, ਤੇਰੇ ਜਿੱਡੇ ਤੇਰੇ ਬੱਚੇ ਹੋਏ ਆ, ਤਾਂ ਜੋ ਤੁਸੀਂ ਕਾਰਨਾਮੇ ਕਰਦੇ ਫਿਰਦੇ ਤੁਹਾਡੇ ਨਿਆਣੇ ਵੇਖ ਵੇਹਦੇ ਆ, ਭਾਕੇ ਪੁੱਤ ਉਹਨਾਂ ਨੇ ਵੱਡੇ ਹੋਣਾ, ਕਿੰਨੀਆਂ ਜ਼ਿੰਮੇਵਾਰੀਆਂ, ਅਜੇ ਵੀ ਤੂੰ ਵੇਲਾ ਸੰਭਲ ਲਾ, ਸਮਝ ਲਾ, ਪੁੱਤ ਤੁਹਾਨੂੰ ਵੇਖਣਗੇ ਵੀ ਸਾਡਾ ਮਾਂ ਪਿਓ ਕਿਹੋ ਜਿਹੇ ਕੰਮ ਕਰਦੇ, ਉਹਨਾਂ ਦੇ ਮਨ 'ਤੇ ਕੀ ਅਸਰ ਹੋਊਗਾ, ਗੱਲ ਸਮਝਦੀ ਹੈ ਨਾ ਤੂੰ ਮੇਰੀ,
ਸਿਆਣੀ ਬਣ ਪੁੱਤ, ਹੁਣ ਸਾਰੇ ਕੰਮ ਛੱਡ ਦੇ, ਹੁਣ ਸਿਆਣੀ ਬਣ ਕੇ ਆਪਣਾ ਘਰ ਸਾਂਭ। ਪੁੱਤ ਆਉਂਦੇ ਹੁੰਦੇ ਨਾ ਤੀਲਾ ਤੀਲਾ ਜੋੜ ਕੇ ਤੇ ਕਿੰਨਾ ਬਣ ਜਾਂਦਾ, ਹੁਣ ਉਹ ਕੰਮ ਕਰ, ਹੁਣ ਪੁੱਠੇ ਸਿੱਧੇ ਕੰਮ ਛੱਡ ਦੇ, ਫਿਰਨਾ ਤੁਰਨਾ ਸਹੇਲੀਆਂ ਨਾ ਆਉਣਾ ਜਾਣਾ, ਠੀਕ ਹੈ ਨਾ। ਇਹ ਪੁੱਤ ਚੀਜ਼ਾਂ ਜਿਹੜੀਆਂ ਨਾ ਉਮਰ ਦੇ ਹਿਸਾਬ ਨਾਲ ਚੰਗੀਆਂ ਲੱਗਦੀਆਂ, ਜਦੋਂ ਥੋੜ੍ਹਾ ਜਿਹਾ ਬੰਦਾ ਬੱਚਿਆਂ 'ਚ ਪੈ ਜਾਏ ਨਾ ਫਿਰ ਇਹ ਸ਼ੋਭਾ ਨਹੀਂ ਦਿੰਦੀਆਂ। ਜਿੰਨਾ ਮਰਜ਼ੀ ਸਮਝਾ ਲਓ ਇਹਨੂੰ, ਇਹਦੇ ਖਾਨੇ 'ਚ ਕਿਤੇ ਗੱਲ ਪੈਣੀ ਹੈ। ਇਹ ਸਿਆਣੀ ਹੁੰਦੀ ਅਤੇ ਆਪਣਾ ਘਰ ਨਾ ਸਾਂਭ ਲੈਂਦੀ, ਇੰਨਾ ਕੁਝ ਇਹਦੇ ਨਾਲ ਹੋਇਆ ਵਾ, ਇਹ ਤਾਂ ਅਜੇ ਵੀ ਨਹੀਂ ਸੁਧਰੀ ਹੈਗੀ। ਇੱਥੇ ਰਹਿ ਕੇ ਵੀ ਅਗਲੇ ਦਾ ਘਰ ਪਾੜਨ ਨੂੰ ਫਿਰਨ ਡਈ ਆ, ਪਤਾ ਨਹੀਂ ਕੀ ਕੀ ਕਰਨ ਡਈ ਆ। ਇੱਕ ਵਾਰੀ ਰਣਜੀਤ ਨੂੰ ਹੱਥਾਂ 'ਚ ਕਰ ਲੈਣ ਦਿਓ, ਫਿਰ ਦੱਸੂ ਮੰਮੀ ਨੂੰ ਮੈਂ ਵੀ ਕੀ ਭਾਅ ਵਿਕਦੀ ਹੈ। ਨਾਲੇ ਇੱਥੇ ਸਾਡੇ 'ਤੇ ਬੋਝ ਬਣ ਕੇ ਰਹਿਣ ਡਈ ਆ, ਅਤੇ ਨਾਲ ਸਾਡੇ ਘਰ ਪਾੜੀ ਜਾਣ ਡਈ ਆ। ਐਡੀ ਪਾਗਲ ਜਨਾਨੀ ਮੈਂ ਨਹੀਂ ਕਿਤੇ ਵੇਖੀ। ਲੋਕਾਂ ਦੀਆਂ ਕੁੜੀਆਂ ਸੌ ਸੁੱਖਣਾ ਸੁੱਖਦੀਆਂ ਨੇ ਕਿ ਸਾਡੇ ਵੀਰ ਭਾਬੀ ਦੀ ਬਣੇ, ਸਾਡੀ ਮੰਮੀ ਖੁਸ਼ ਰਹੇ। ਇੱਕ ਆਹ ਕੁੜੀ ਆ ਜਿਹੜੀ ਪੇਕਿਆਂ ਦੀ ਕੋਈ ਸੁੱਖ ਨਹੀਂ ਮੰਗਦੀ ਹੈਗੀ, ਇਹਨੂੰ ਤਾਂ ਬਸ ਆਪਣੀ ਲਿੱਲ ਲੱਗੀ ਆ ਕਿ ਜੋ ਕੁਝ ਹੈਗਾ ਬਸ ਮੈਨੂੰ ਮਿਲ ਜੇ। ਜਿੱਥੋਂ ਤੱਕ ਮੇਰਾ ਵਿਚਾਰ ਆ, ਇਹ ਮੇਰੇ ਘਰ 'ਤੇ ਵੀ ਕਬਜ਼ਾ ਕਰੂਗੀ, ਮੈਨੂੰ ਆਪ ਹੀ ਧਿਆਨ ਰੱਖਣਾ ਪੈਣਾ।